ਸਤਿ ਸ਼੍ਰੀ ਅਕਾਲ ਬੇਲੀਓ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰੇ ਘੋੜੇ ਘੋੜੀਆਂ ਵਾਲੇ ਭਰਾਵਾਂ ਦਾ ਆਪਣੇ ਚੈਨਲ 'ਤੇ। ਅਤੇ ਅੱਜ ਆਪਾਂ ਦੋਸਤੋ ਤੁਹਾਡੇ ਲਈ ਨੁਕਰਾ ਬਸ਼ੀਰਾ ਲੈ ਕੇ ਆਏ ਹਾਂ। ਬਸ਼ੀਰਾ ਚੈਂਪੀਅਨ ਆ ਜੀ, ਜਮਾਂ ਬਿਲਕੁਲ ਸਪੋਟਲੈਸ ਹੈ। ਦੂਜੀ ਗੱਲ, ਹਲੇ ਬੱਚਾ ਹੀ ਹੈ ਜੀ ਬਸ਼ੀਰਾ, 28-29 ਮਹੀਨਿਆਂ ਦਾ, 28-29 ਮਹੀਨੇ ਉਮਰ ਹੈ ਜੀ। ਸੁੰਬਾ ਵਗੈਰਾ ਦਾ ਬਹੁਤ ਮਜ਼ਬੂਤ ਆ, ਕੰਨਾਂ ਵਗੈਰਾ ਦਾ ਬਹੁਤ ਸੁਨੱਖਾ ਜੀ, ਬਿਲਕੁਲ ਸਪੋਟਲੈਸ ਆ। ਕਬਾਹ ਦੀ ਫੁੱਟੀ ਮੰਗੂ। ਅਤੇ ਦੋਸਤੋ ਗੱਲ ਕਰੀਏ ਇਹਦੀ ਹਾਈਟ ਵਗੈਰਾ ਦੀ, ਤਾਂ 62 ਇੰਚ ਹਾਈਟ ਆ। ਫੋਟੋਆਂ 'ਚ ਜਿਹੜੇ ਭਰਾ ਕੋਲੇ ਖੜ੍ਹੇ ਆ ਉਹ ਬਾਈਆਂ ਦਾ ਕੱਦ ਪਰਮਾਤਮਾ ਨੇ ਉਹੀ ਲੰਮਾ ਬਖਸ਼ਤਾ ਜ਼ਿਆਦੇ, ਅਤੇ ਤਾਂ ਕਰਕੇ ਤੁਹਾਨੂੰ ਬਸ਼ੀਰਾ ਥੋੜ੍ਹਾ ਜਿਹਾ ਛੋਟਾ ਲੱਗ ਸਕਦਾ, ਨੀਵਾਂ ਲੱਗ ਸਕਦਾ, ਕਿਉਂਕਿ ਬੰਦਿਆਂ ਦੇ ਕੱਦ ਬਹੁਤ ਨੇ ਜਿਹੜੇ ਨਾਲ ਖੜ੍ਹੇ ਆ ਭਰਾ ਇਹਦੇ। ਅਤੇ ਦੋਸਤੋ ਇਹ ਰਤਨ ਘੋੜੇ ਦਾ ਬਿਲਕੁਲ ਡਾਇਰੈਕਟ ਬੱਚਾ, ਰਤਨ ਜਿਹੜਾ ਡਰਬੀ ਵਾਲੇ ਪ੍ਰਗਟ ਭਰਾ ਕੋਲ ਸੀਗਾ, ਪ੍ਰਗਟ ਵਿਰਕ ਕੋਲ ਪਹਿਲਾਂ ਸੀ, ਬਾਅਦ ਉੱਥੋਂ ਵੇਖ ਕੇ ਮੇਰੇ ਖਿਆਲ ਆ ਬਾਈ ਅੰਮ੍ਰਿਤ ਕੋਲ ਆ ਕੇ ਘੋੜੇ ਦੀ ਡੈਥ ਹੋ ਗਈ। ਬਹੁਤ ਹੀ ਮਾੜਾ ਹੋਇਆ, ਜਿਹੜਾ ਘੋੜਾ ਇੰਡਸਟਰੀ ਨੂੰ ਇੱਕ ਘਾਟਾ ਹੈ ਨਾ। ਬਹੁਤ ਚੰਗਾ ਘੋੜਾ ਸੀ ਰਤਨ, ਸੁਨੱਖਾ ਬਹੁਤ ਸੀ, ਬੱਚੇ ਬਹੁਤ ਚੰਗੇ ਆ ਰਹੇ ਸੀ, ਜਿਵੇਂ ਕਿ ਆ ਤੁਸੀਂ ਦੇਖ ਹੀ ਰਹੋ ਇੱਕ ਰਿਜ਼ਲਟ ਤਾਂ ਉਹਦਾ। ਅਤੇ ਉਹ ਚਲੋ ਮੰਦਭਾਗੀ ਖਬਰ ਸੀ ਜਿਹੜੀ ਸੁਣੀ ਹੈ ਨਾ, ਬਹੁਤ ਮਾੜਾ ਹੋਇਆ ਉਹ ਘੋੜੇ ਨਾਲ ਤਾਂ ਵਿਚਾਰੇ ਨਾਲ। ਅਤੇ ਦੋਸਤੋ ਇਹ ਰਤਨ ਦਾ ਬਿਲਕੁਲ ਡਾਇਰੈਕਟ ਬੱਚਾ, ਮਨੂ ਸ਼ਰਮੇ ਦੇ ਪੇਜ 'ਤੇ ਬਿਲਕੁਲ ਫੋਟੋਗ੍ਰਾਫੀ ਕੀਤੀ ਹੋਈ ਆ, ਤੁਸੀਂ ਪ੍ਰੂਫ ਵਗੈਰਾ ਬਾਈ ਡਰਬੀ ਵਾਲੇ ਪ੍ਰਗਟ ਤੋਂ ਵੀ ਲੈ ਸਕਦੇ ਹੋ। ਕਈ ਵਾਰੀ ਵੀ ਇਹ ਚੀਜ਼ ਦਾ ਡਾਊਟ ਪੈ ਜਾਂਦਾ ਨਾ ਭਰਾਵਾਂ ਨੂੰ, ਵੀ ਅਰਖਾ ਨਹੀਂ ਉਹ ਹੀ ਨਾ ਕਹੀ ਜਾਂਦੇ ਹੁਣ, ਤਾਂ ਉਹ ਤੁਸੀਂ ਕੰਫਰਮੇਸ਼ਨ ਕਰ ਸਕਦੇ ਹੋ ਪ੍ਰਗਟ ਬਾਈ ਤੋਂ ਕਰ ਸਕਦੇ ਹੋਗੇ, ਮਨੂ ਸ਼ਰਮੇ ਤੋਂ ਪਤਾ ਕਰ ਸਕਦੇ ਹੋ, ਮਨੂ ਸ਼ਰਮੇ ਦੇ ਪੇਜ 'ਤੇ ਵੀ ਇਹਦੀਆਂ ਫੋਟੋਆਂ ਪਈਆਂ ਨੇ। ਬਸ਼ੇਰਾ ਦੋਸਤੋ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ, ਜੈਨੂਅਨ ਸਪੋਟਲੈਸ ਆ ਬਿਲਕੁਲ। ਅਤੇ ਏਜ ਹਲੇ 28-29 ਮਹੀਨੇ ਆ, ਤੁਹਾਨੂੰ ਮੈਂ ਦੁਬਾਰੇ ਥੋੜ੍ਹੀ ਜਿਹੀ ਕਨਫਰਮ ਕਰਾ ਦਿੰਦਾ ਡਿਟੇਲ ਇਹਦੀ। 62 ਇੰਚ ਦੀ ਹਾਈਟ ਹੋ ਚੁੱਕੀ ਹੈ ਦੋਸਤੋ, ਡਾਇਰੈਕਟ ਬੱਚਾ ਜਿਵੇਂ ਤੁਹਾਨੂੰ ਦੱਸਤਾ। ਬਾਕੀ ਗੱਲ ਕਰੀਏ ਆਪਾਂ ਦੋਸਤੋ ਇਹਦੇ ਮੁੱਲ ਭਾਅ ਦੀ, ਤਾਂ 22-26 ਲੱਖ ਰੁਪਈਆ ਇਹਦਾ ਮੁੱਲ ਕਰਦਾ, ਅਤੇ 6 ਲੱਖ ਰੁਪਇਆ ਮੁੱਲ ਕਰਦਾ, ਘਾਟ ਬਾਅਦ ਨੈਗੋਸ਼ੀਏਟ ਹੋ ਜੂਗਾ। ਤੁਹਾਨੂੰ ਭਰਾ ਦਾ ਮੱਖਣ ਦਾ ਨੰਬਰ ਦਿੰਦਾ ਡਿਸਪਲੇ 'ਤੇ ਮੈਂ, ਜੇਕਰ ਕੋਈ ਡਿਟੇਲ ਵਗੈਰਾ ਹੋਰ ਪੁੱਛਣੀ ਚਾਹੁੰਦੇ ਹੋ, ਪੁੱਛ ਕੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਮੈਂ ਉਹਦੇ ਲਈ ਤੁਸੀਂ ਮੱਖਣ ਨੂੰ, ਭਰਾ ਨੂੰ ਕੰਟੈਕਟ ਕਰੋ, ਅਤੇ ਗੱਲਬਾਤ ਕਰਕੇ ਤੁਸੀਂ ਬਾਈ ਤੋਂ ਫੋਟੋਆਂ ਵਗੈਰਾ ਵੀ, ਜੇਕਰ ਹੋਰ ਲਗਭਗ ਮੈਂ ਸਾਰੀਆਂ ਲਾ ਹੀ ਦਿੱਤੀਆਂ, ਵੈਸੇ ਤਾਂ ਕਾਫੀ ਫੋਟੋਆਂ ਭੇਜੀਆਂ ਸੀ, ਚਾਹੇ ਤੁਸੀਂ ਮੈਨੂੰ ਮੈਸੇਜ ਕਰ ਲਓ, ਚਾਹੇ ਮੱਖਣ ਨੂੰ ਕਰ ਲਓ, ਫੋਟੋਆਂ ਮੰਗਾ ਕੇ ਤੁਸੀਂ ਆਪਦੀ ਤਸੱਲੀ ਕਰਕੇ ਬਸ਼ੇਰਾ ਲੈ ਸਕਦੇ ਹੋ। ਬਸ਼ੇਰਾ ਬਹੁਤ ਚੰਗਾ, ਬਾਕੀ ਬੇਲੀ ਰਤਨ ਦੇ ਰਿਜ਼ਲਟ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ, ਬਹੁਤ ਚੰਗਾ ਘੋੜਾ ਸੀ। ਅਤੇ ਬਾਕੀ ਗੱਲ ਬੇਲੀ ਚੈਂਪੀਅਨ ਆ, ਹੁਣ ਮਾਨਗੜ੍ਹ 3ਜੀ ਪੋਜੀਸ਼ਨ 'ਤੇ ਰਿਹਾ, ਹੋਰ ਵੀ 1-2 ਮੇਰੇ ਖਿਆਲ ਸ਼ੋਆਂ 'ਚ ਚੈਂਪੀਅਨ ਹੀ ਰਿਹਾ ਗਾ, ਬਾਕੀ ਮੇਰੇ ਧਿਆਨ 'ਚ ਨਹੀਂ ਹੈ ਪੱਕਾ ਵੀ ਕਿਵੇਂ ਕੁਛ ਆ, ਪਰ ਸ਼ੋਅ ਇਸ ਬੱਚੇ ਨੇ ਕਈ ਦੇਖੇ ਆ। ਅਤੇ ਬੇਲੀ ਉਹ ਹੋਰ ਕੋਈ ਭਰਾ ਜੇਕਰ ਆਪਣੇ ਜਾਨਵਰ ਦੀ ਵੀਡੀਓ ਕਰਵਾਉਣਾ ਚਾਹੁੰਦਾ, ਤਾਂ ਉਹਦੇ ਲਈ ਮੈਂ ਤੁਹਾਨੂੰ ਆਪਣਾ ਨੰਬਰ ਵੀ ਦੇ ਦਿੰਦਾ, ਅਤੇ ਮੱਖਣ ਦਾ ਤਾਂ ਤੁਹਾਨੂੰ ਮੈਂ ਦੇ ਹੀ ਦਿੱਤਾ, ਜੇ ਕੋਈ ਭਰਾ ਲੈਣ ਦਾ ਚਾਹ ਬਣੋ ਵੀ ਤਾਂ ਮੱਖਣ ਬਾਈ ਨੂੰ ਕੰਟੈਕਟ ਕਰ ਸਕਦਾ। ਅਤੇ ਵੀਡੀਓ ਕਰਵਾਉਣ ਲਈ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ, ਮੈਂ ਵੀ ਆਪਣਾ ਵਟਸਐਪ ਨੰਬਰ ਤੁਹਾਨੂੰ ਦੇਤਾ। ਬਾਕੀ ਬੇਲੀਓ ਆਪਣੇ ਘੋੜੇ ਘੋੜੀਆਂ ਵਾਲੇ ਭਰਾਵਾਂ 'ਚ ਅੱਗੇ ਜ਼ਰੂਰ ਸ਼ੇਅਰ ਕਰਦਿਆ ਕਰੋ, ਅਤੇ ਐਵੇਂ ਵੀ ਜ਼ਰੂਰ ਦੱਸੋ ਵੀ ਵੀਡੀਓ ਦੇਖ ਕੇ ਕਿਹੋ ਜਿਹੀ ਲੱਗੀ, ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।